ਬਠਿੰਡਾ ਦੇ ਭਗਤਾ ਭਾਈ ਚ ਡੇਰਾ ਪ੍ਰੇਮੀ ਦੇ ਪਿਤਾ ਦੇ ਕਤਲ ਤੋਂ ਬਾਅਦ ਸੜਕ ਤੇ ਡੈੱਡ ਬੋਡੀ ਰੱਖ ਡੇਰਾ ਪ੍ਰੇਮੀਆਂ ਨੇ ਕੀਤਾ ਰੋਡ ਜਾਮ। ਇੱਕ ਗੈਂਗ ਨੇ ਲਈ ਡੇਰਾ ਪ੍ਰੇਮੀ ਦੇ ਕਤਲ ਦੀ ਜ਼ਿੰਮੇਵਾਰੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੱਸਿਆ ਕਾਰਨ। ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਚ ਸ਼ਾਮਿਲ ਨਹੀਂ ਹੋਈ ਬੀਕੇਯੂ ਉਗਰਾਹਾਂ, ਕਿਆ ਆਪਣਾ ਪਲਾਨ ਬਣਾ ਰੱਖਿਆ ਹੈ, ਮੀਟਿੰਗ ਚ ਜਾਣ ਦਾ ਕੋਈ ਮਤਲਬ ਹੀ ਨਹੀਂ। ਅਤੇ ਕਾਮੇਡੀਅਨ ਭਾਰਤੀ ਸਿੰਘ ਅਤੇ ਉਸ ਦੇ ਪਤੀ ਦੇ ਘਰ ਹੋਈ ਐਨਸੀਬੀ ਰੇਡ, ਡਰੱਗਸ ਇਸਤੇਮਾਲ ਕਰਨ ਦੇ ਲੱਗੇ ਆਰੋਪ। ਸਤਿ ਸ਼੍ਰੀ ਅਕਾਲ, ਬੁਲੇਟਿਨ ਦੀਆਂ ਖਾਸ ਖਬਰਾਂ ਦੇ ਨਾਲ ਮੈਂ ਰਚਨਾ, ਤੇ ਬੁਲੇਟਿਨ ਦੀ ਸ਼ੁਰੂਆਤ ਇਸ ਖਾਸ ਖਬਰ ਦੇ ਨਾਲ। ਭਗਤਾ ਭਾਈ ਚ ਡੇਰਾ ਪ੍ਰੇਮੀ ਦੇ ਪਿਤਾ ਦੇ ਕਤਲ ਤੋਂ ਬਾਅਦ ਰੋਸ ਚਾਏ ਡੇਰਾ ਪ੍ਰੇਮੀਆਂ ਵੱਲੋਂ ਡੈੱਡ ਬੋਡੀ ਸੜਕ ਤੇ ਰੱਖ ਕੇ ਰੋਡ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਧਰਨੇ ਤੇ ਬੈਠੇ ਪ੍ਰਦਰਸ਼ਨਕਾਰੀਆਂ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਭਗਤਾ ਭਾਈਕਾ ਵਿੱਚ ਇੱਕ ਡੇਰਾ ਪ੍ਰੇਮੀ ਦੇ ਪਿਤਾ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ। ਉਸ ਤੋਂ ਬਾਅਦ ਦੀ ਗੱਲ ਕਰੀਏ ਤਾਂ ਅੱਜ ਉਸ ਤੋਂ ਬਾਅਦ ਉਸਦੀ ਡੈੱਡ ਬੋਡੀ ਜੋ ਹੈ ਸਲਾਉਤਪੁਰਾ ਜੋ ਡੇਰਾ ਹੈ ਉੱਥੇ ਲੈ ਕੇ ਆਉਂਦੀ ਗਈ ਹੈ। ਉਸ ਤੋਂ ਬਾਅਦ ਜੋ ਰਸਤਾ ਹੈ ਪੂਰਨ ਤਰੀਕੇ ਨਾਲ ਬਲੋਕ ਕਰ ਦਿੱਤਾ ਗਿਆ ਹੈ। ਜੋ ਡੇਰਾ ਦੀ ਸੰਗਤ ਹੈ ਉਹਨਾਂ ਵਾਲੇ ਡੇਰਾ ਪ੍ਰੇਮੀ ਜੋ ਨੇ ਸੜਕ 'ਤੇ ਬੈਠ ਚੁੱਕੇ ਨੇ, ਅਤੇ ਜੋ ਮ੍ਰਿਤਕ ਡੇਰਾ ਪ੍ਰੇਮੀ ਦਾ ਪਿਤਾ ਹੈ ਮਨੋਹਰ ਲਾਲ, ਉਸਦੀ ਡੈੱਡ ਬੋਡੀ ਇੱਥੇ ਸਾਹਮਣੇ ਰੱਖੀ ਗਈ ਹੈ। ਅਤੇ ਗੱਲ ਕੀਤੀ ਜਾ ਰਹੀ ਹੈ ਕਿ ਜੋ ਹੋਇਆ ਬੇਹੱਦ ਨਿੰਦਣੀ ਹੋਇਆ। ਉਸ ਤੋਂ ਬਾਅਦ ਦੀ ਗੱਲ ਕਰੀਏ ਤਾਂ ਪੂਰਨ ਤਰੀਕੇ ਨਾਲ ਰੋਡ ਜੋ ਹੈ ਬਲੋਕ ਕਰ ਦਿੱਤਾ ਗਿਆ ਹੈ। ਹਾਲਾਂਕਿ ਮੰਗ ਕੀਤੀ ਜਾ ਰਹੀ ਸੀ ਕਿ ਜਿੰਨੇ ਵੀ ਆਰੋਪੀ ਨੇ ਉਹਨਾਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ, ਪਰ ਹੁਣ ਤੱਕ ਦੀ ਗੱਲ ਕਰੀਏ ਤਾਂ ਜਿਵੇਂ ਹੀ ਡੈੱਡ ਬੋਡੀ ਇੱਥੇ ਪਹੁੰਚੀ ਹੈ ਸਲਾਉਤਪੁਰਾ ਡੇਰਾ ਦੇ ਬਾਹਰ, ਉਸ ਤੋਂ ਤੁਰੰਤ ਬਾਅਦ ਇਹ ਲੋਕ ਸੜਕ 'ਤੇ ਬੈਠ ਗਏ ਨੇ। ਡੈੱਡ ਬੋਡੀ ਉਸਦੀ ਜੋ ਹੈ ਸੜਕ ਦੇ ਵਿਚਾਲੇ ਰੱਖੀ ਹੋਈ ਹੈ। ਇੱਕ ਪਾਸੇ ਗੱਲ ਕਰੀਏ ਤਾਂ ਵਿਅਕਤੀ ਮੌਜੂਦ ਨੇ, ਪੁਰਸ਼ ਜੋ ਨੇ ਉਹ ਬੈਠੇ ਹੋਏ ਨੇ, ਜਦਕਿ ਦੂਜੇ ਪਾਸੇ ਤਸਵੀਰ ਦੀ ਗੱਲ ਕਰੀਏ ਤਾਂ ਇਸ ਪਾਸੇ ਡੇਰੇ ਦੇ ਬਾਹਰ ਇਹ ਡੇਰੇ ਦਾ ਦ੍ਰਿਸ਼ ਹੈ, ਜੋ ਕਿ ਡੇਰਾ ਸਲਾਉਤਪੁਰਾ ਦਾ ਡੇਰਾ ਹੈ ਉਸਦਾ ਦ੍ਰਿਸ਼ ਹੈ। ਉਹ ਉਸਦੇ ਬਾਹਰ ਇਹ ਲੋਕ ਬੈਠੇ ਹੋਏ ਨੇ। ਦੂਜੇ ਪਾਸੇ ਦੀ ਗੱਲ ਕਰੀਏ ਤਾਂ ਇਸ ਪਾਸੇ ਲੇਡੀਜ਼ ਜੋ ਨੇ ਉਹ ਬੈਠੀਆਂ ਹੋਈਆਂ ਨੇ। ਦੋਨੇ ਪਾਸੇ ਰਸਤਾ ਜੋ ਹੈ ਪੂਰਨ ਤਰੀਕੇ ਨਾਲ ਬਲੋਕ ਕਰ ਦਿੱਤਾ ਗਿਆ ਹੈ। ਇਹ ਰਸਤਾ ਜੋ ਹੈ ਤੁਹਾਨੂੰ ਦੱਸ ਦਈਏ ਬਰਨਾਲਾ ਤੋਂ ਭਗਤਾ ਤੋਂ ਬਾਜਾਖਾਨਾ ਰੋਡ ਵੱਜਦਾ ਹੈ, ਜਿਸ ਨੂੰ ਕਿ ਜਿੱਥੇ ਕਿ ਸਲਾਉਤਪੁਰਾ ਡੇਰਾ ਬਣਿਆ ਹੋਇਆ ਹੈ ਉਸਦੇ ਬਾਹਰ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ, ਜਿਸ ਨੂੰ ਕਿ ਪੂਰਨ ਤਰੀਕੇ ਨਾਲ ਬਲੋਕ ਕਰ ਦਿੱਤਾ ਗਿਆ ਹੈ। ਫਿਲਹਾਲ ਦੀ ਗੱਲ ਕਰੀਏ ਤਾਂ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਜੋ ਨੇ ਉਹ ਵੀ ਇੱਥੇ ਲਗਾਤਾਰ ਪਹੁੰਚਣੇ ਸ਼ੁਰੂ ਹੋ ਗਏ ਨੇ। ਜੋ ਡੇਰੇ ਦੇ ਨੁਮਾਇੰਦੇ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਅਤੇ ਲਗਾਤਾਰ ਗੱਲ ਕੀਤੀ ਜਾ ਰਹੀ ਹੈ। ਜੋ ਪੁਲਿਸ ਪ੍ਰਸ਼ਾਸਨ ਅਧਿਕਾਰੀ ਨੇ ਉਹ ਵੀ ਲਗਾਤਾਰ ਗੱਲ ਕਰ ਰਹੇ ਨੇ ਕਿ ਡੇਰੇ ਦੇ ਜੋ ਵਿਅਕਤੀ ਨੇ ਉਹਨਾਂ ਦਾ ਇਸ ਮਾਮਲੇ 'ਤੇ ਕੀ ਕੁਝ ਕਹਿਣਾ ਹੈ। ਇਸ ਵਕਤ ਦੀ ਵੱਡੀ ਖਬਰ ਇਹ ਹੈ ਕਿ ਦੋਨੇ ਪਾਸਿਓਂ ਰਸਤਾ ਜੋ ਹੈ ਬਲੋਕ ਕਰ ਦਿੱਤਾ ਗਿਆ ਹੈ। ਜਿਸ ਡੇਰਾ ਪ੍ਰੇਮੀ ਦੇ ਪਿਤਾ ਦੀ ਮੌਤ ਹੋਈ ਹੈ ਮਨੋਹਰ ਲਾਲ ਦੀ, ਉਸਦੀ ਡੈੱਡ ਬੋਡੀ ਸੜਕ ਦੇ ਵਿਚਾਲੇ ਰੱਖੀ ਗਈ ਹੈ, ਜਿਸ ਦਾ ਕਿ ਪੋਸਟਮਾਰਟਮ ਦੱਸਿਆ ਜਾ ਰਿਹਾ ਕਿ ਬਠਿੰਡਾ ਵਿੱਚ ਹੋ ਚੁੱਕਿਆ ਹੈ। ਫਿਲਹਾਲ ਵੇਖਦੇ ਹਾਂ ਕਿ ਇਸ ਮਾਮਲੇ ਵਿੱਚ ਅੱਗੇ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ। ਸਲਾਉਤਪੁਰਾ ਤੋਂ ਕੈਮਰਾ ਪਰਸਨ ਰਾਜੇਸ਼ ਬਾਗੜ ਦੇ ਨਾਲ ਸੂਰਜ ਪ੍ਰਕਾਸ਼, ਦੈਨਿਕ ਸਵੇਰਾ ਟੀਵੀ। ਬਠਿੰਡਾ ਦੇ ਭਗਤਾ ਭਾਈ 'ਚ ਹੋਏ ਡੇਰਾ ਪ੍ਰੇਮੀ ਦੇ ਕਤਲ ਦੀ ਜ਼ਿੰਮੇਵਾਰੀ ਇੱਕ ਗੈਂਗ ਵੱਲੋਂ ਲਈ ਗਈ ਹੈ। ਦੱਸ ਦਈਏ ਕਿ ਫੇਸਬੁੱਕ ਪੋਸਟ ਦੇ ਜ਼ਰੀਏ ਇਹ ਜ਼ਿੰਮੇਵਾਰੀ ਲਈ ਗਈ ਹੈ, ਜਿਸ 'ਚ ਕਤਲ ਦਾ ਕਾਰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੱਸਿਆ ਗਿਆ ਹੈ। ਇਸ ਵੇਲੇ ਦੀ ਅਹਿਮ ਖਬਰ, ਬਠਿੰਡਾ ਦੇ ਭਗਤਾ ਭਾਈਕੇ ਦੇ ਵਿੱਚ ਹੋਏ ਡੇਰਾ ਪ੍ਰੇਮੀ ਦੀ ਕਤਲ ਮਾਮਲੇ ਦੀ ਜ਼ਿੰਮੇਵਾਰੀ ਇੱਕ ਗੈਂਗ ਦੇ ਵੱਲੋਂ ਲਈ ਗਈ ਹੈ। ਫੇਸਬੁੱਕ ਪੋਸਟ ਦੇ ਜ਼ਰੀਏ ਇਹ ਜ਼ਿੰਮੇਵਾਰੀ ਲਈ ਗਈ ਹੈ। ਸੁੱਖਾ ਗਿੱਲ ਲੰਮੇ ਨਾਮ ਤੋਂ ਇਹ ਪੇਜ ਹੈ ਜਿਸ ਦੇ ਉੱਪਰ ਇਹ ਜ਼ਿੰਮੇਵਾਰੀ ਲਈ ਗਈ ਹੈ, ਜਿਸ 'ਚ ਕਿਹਾ ਗਿਆ ਕਿ ਜੋ ਭਗਤੇ ਦੇ ਵਿੱਚ ਕਤਲ ਹੋਇਆ ਹੈ ਉਹ ਮੇਰੇ ਵੀਰ ਨੇ ਕਰਾਇਆ, ਜਿਸ ਦਾ ਕਾਰਨ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਸੀ। ਇਸ ਨਾਲ ਇਸ ਪੋਸਟ 'ਚ ਇਹ ਵੀ ਲਿਖਿਆ ਗਿਆ ਹੈ ਕਿ ਹਰ ਜੰਗਲ ਦਾ ਇੱਕ ਹੀ ਰਾਜਾ ਹੁੰਦਾ ਹੈ ਅਤੇ ਸਾਡੇ ਜੰਗਲ ਦਾ ਰਾਜਾ ਸੁੱਖਾ ਵੀਰ ਹੈ। ਦੱਸਦੀ ਕਿ ਬੀਤੇ ਦਿਨ ਹੀ ਦੁਕਾਨ ਅੰਦਰ ਵੜ ਕੇ ਤਾਬੜ ਤੋੜ ਗੋਲੀਆਂ ਵਰਾਈਆਂ ਗਈਆਂ ਸਨ। ਮੋਟਰਸਾਈਕਲ 'ਤੇ ਆਏ ਦੋ ਲੋਕਾਂ ਦੇ ਵੱਲੋਂ ਇਹ ਗੋਲੀਆਂ ਚਲਾਈਆਂ ਗਈਆਂ, ਜਿਸ ਦੌਰਾਨ ਇੱਕ ਡੇਰਾ ਪ੍ਰੇਮੀ ਦੀ ਮੌਤ ਹੋ ਗਈ। ਦੱਸਦੀ ਕਿ ਬੇਅਦਬੀਆਂ ਦੇ ਮਾਮਲੇ 'ਚ ਮ੍ਰਿਤਕ ਦੇ ਬੇਟੇ ਨੂੰ ਪੁਲਿਸ ਨੇ ਗ੍ਰਿਫਤਾਰ ਵੀ ਕੀਤਾ ਸੀ ਅਤੇ ਉਹ ਬੇਅਦਬੀ ਕੇਸਾਂ ਦੇ ਵਿੱਚ ਜ਼ਮਾਨਤ 'ਤੇ ਹੈ। ਇਸੇ ਦੌਰਾਨ ਬੀਤੇ ਦਿਨ ਮਨੋਹਰ ਲਾਲ ਵੈਸਟਰਨ ਯੂਨੀਅਨ ਦੀ ਬ੍ਰਾਂਚ ਦੇ ਵਿੱਚ ਆ ਕੇ ਦੋ ਨਕਾਬਪੋਸ਼ ਹਥਿਆਰਬੰਦਾਂ ਨੇ ਡਾਲਰ ਐਕਸਚੇਂਜ ਕਰਨ ਦੇ ਬਹਾਨੇ ਸ਼ਰੇਆਮ ਗੋਲੀਆਂ ਚਲਾ ਦਿੱਤੀਆਂ, ਜਿਸ ਦੌਰਾਨ ਮਨੋਹਰ ਲਾਲ ਦੀ ਮੌਤ ਹੋ ਗਈ, ਜਿਸ ਦੀ ਜ਼ਿੰਮੇਵਾਰੀ ਫੇਸਬੁੱਕ ਪੋਸਟ ਦੇ ਜ਼ਰੀਏ ਸੁੱਖਾ ਲੰਮੇ ਨਾਮ ਦੇ ਇੱਕ ਗੈਂਗ ਨੇ ਲਈ ਹੈ। ਬਿਊਰੋ ਰਿਪੋਰਟ, ਦੈਨਿਕ ਸਵੇਰਾ ਟੀਵੀ। ਪੰਜਾਬ ਦੇ ਕਿਸਾਨਾਂ ਵੱਲੋਂ ਦਿੱਲੀ ਘੇਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ, ਪਰ ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਜਥੇਬੰਦੀਆਂ ਨਾਲ ਇੱਕ ਮੀਟਿੰਗ ਰੱਖੀ, ਜਿਸ ਵਿੱਚ ਬੀਕੇਯੂ ਉਗਰਾਹਾਂ ਸ਼ਾਮਿਲ ਨਹੀਂ ਹੋਈ। ਇਸ ਮੌਕੇ ਬੀਕੇਯੂ ਨੇ ਕਿਹਾ, ਸਾਡਾ ਆਪਣਾ ਪਲਾਨ ਹੈ ਅਤੇ ਅਸੀਂ ਆਪਣਾ ਪਲਾਨ ਬਣਾ ਰੱਖਿਆ, ਸਾਡਾ ਇਸ ਮੀਟਿੰਗ 'ਚ ਜਾਣ ਦਾ ਕੋਈ ਮਤਲਬ ਹੀ ਨਹੀਂ ਬਣਦਾ। ਜਦੋਂ ਉਸ ਫੋਰਮ ਦੇ ਵਿੱਚ ਅਸੀਂ ਸ਼ਾਮਿਲ ਨਹੀਂ, ਸਾਡਾ ਅੰਦਰ ਜਾਣ ਦਾ ਮਤਲਬ ਕੀ ਆ? ਸਾਡਾ ਆਪਦਾ ਪਲਾਨ ਹੈ, ਅਸੀਂ ਆਪਦਾ ਪਲਾਨ ਬਣਾ ਰੱਖਿਆ। ਉਹ ਹੁਣ 26 ਨੇ, ਉਹਨਾਂ ਨੇ ਰੇਲਾਂ ਨਹੀਂ ਛੱਡੀਆਂ, ਉਹਨਾਂ ਦਾ ਰੇਲਾਂ ਦਾ ਇਸ਼ੂ, ਉਹਨਾਂ ਨੂੰ ਵੱਖਰੀ ਮੀਟਿੰਗ ਕਰਨੀ ਚਾਹੀਦੀ ਹੈ।
ਅਸੀਂ 13 ਅਕਤੂਬਰ ਨੂੰ ਰੇਲਾਂ ਛੱਡੀ ਬੈਠੇ ਹਾਂ, ਅਸੀਂ ਉਹ ਮੀਟਿੰਗ 'ਚ ਕਾਹਦੇ ਵਾਸਤੇ ਸ਼ਾਮਿਲ ਹੋਵਾਂਗੇ, ਸਾਡਾ ਤਾਂ ਏਜੰਡਾ ਹੀ ਨਹੀਂ ਹੈ ਇਹ। ਦੂਜੀ ਗੱਲ ਉਹਨਾਂ ਦੀ 26 ਦੀ, ਤੁਸੀਂ ਕਹਿ ਰਹੇ ਹੋ ਰੇਲਾਂ ਚੱਲਣੀਆਂ ਚਾਹੀਦੀਆਂ, ਉਹ ਕਹਿ ਰਹੇ ਆ ਰੇਲਾਂ ਨਹੀਂ ਚੱਲਣੀਆਂ ਚਾਹੀਦੀਆਂ, ਕਿ ਅਸੀਂ ਤਾਂ ਅਪੀਲ ਕਰਕੇ ਆਏ ਹਾਂ, ਸਗੋਂ ਇਹ ਨਹੀਂ ਵੀ ਅਸੀਂ ਐਂ ਨਹੀਂ ਕਹਿਣ ਗਏ ਵੀ ਰੇਲਾਂ ਚੱਲਣੀਆਂ ਚਾਹੀਦੀਆਂ ਨੇ। ਅਸੀਂ ਤਾਂ ਉਹਨਾਂ ਨੂੰ ਕਿਹਾ ਵੀ ਜਿਹੜਾ 18 ਤਰੀਕ ਨੂੰ ਕੰਡੀਸ਼ਨਾਂ ਦੇ ਤਹਿਤ ਰੇਲਾਂ ਛੱਡਣਾ ਸੀ, 18 ਤਰੀਕ ਦਾ ਉਹ ਤੁਹਾਡਾ ਫੈਸਲਾ ਸੀਗਾ ਜਿਹੜਾ ਦਰੁਸਤ ਸੀ ਵੀ ਤੁਸੀਂ ਨਹੀਂ ਛੱਡੀਆਂ। ਜਿਹੜਾ 13 ਤਰੀਕ ਦੀ ਮੀਟਿੰਗ ਦੇ ਵਿੱਚ ਕੇਂਦਰ ਦਬਾਅ ਪਾ ਰਿਹਾ ਸੀ ਵੀ ਰੇਲਾਂ ਛੱਡੋ ਪਹਿਲਾਂ ਫਿਰ 21 ਤਰੀਕ ਦੀ ਮੀਟਿੰਗ ਕਰਾਂਗੇ, ਉੱਥੇ ਵੀ ਜਿਹੜਾ ਫੈਸਲਾ ਲਿਆ ਸੀ ਵਿੱਚ ਹੀ ਬੈਠੇ ਸੀ, ਉਹ ਫੈਸਲਾ ਵੀ ਤੁਹਾਡਾ ਠੀਕ ਸੀ। ਪਰ ਅੱਜ ਤੁਹਾਨੂੰ ਸੋਚਣਾ ਚਾਹੀਦਾ ਕਿਉਂਕਿ ਅੱਜ ਕੋਈ ਕੰਡੀਸ਼ਨ ਨਹੀਂ ਹੈ। ਪੰਜਾਬ ਸਰਕਾਰ ਨੇ ਗੱਲਬਾਤ ਵਾਸਤੇ ਅੱਗੇ ਗੱਲ ਜਾਣ ਤੋਂ ਪਹਿਲਾਂ ਤੁਹਾਨੂੰ ਪੰਜਾਬ ਦੇ ਲੋਕਾਂ ਦਾ, ਸਨਅਤ ਦਾ, ਖਾਦਾਂ ਦਾ, ਖੇਤੀ ਸੈਕਟਰ ਦਾ, ਪੰਜਾਬ ਦੇ ਲੋਕਾਂ ਦਾ, ਜੇ ਕੇਂਦਰ ਸਰਕਾਰ ਧਿਆਨ ਨਹੀਂ ਰੱਖ ਰਹੀ, ਤੁਸੀਂ ਜ਼ਿੰਮੇਵਾਰ ਜਥੇਬੰਦੀ ਹੋ, ਤੁਹਾਨੂੰ ਇਹ ਗੱਲ ਧਿਆਨ 'ਚ ਰੱਖ ਕੇ ਪੋਜ਼ੀਟਿਵ ਸੋਚਣਾ ਚਾਹੀਦਾ, ਅਸੀਂ ਅਪੀਲ ਕਰਕੇ। ਕਾਮੇਡੀਅਨ ਭਾਰਤੀ ਸਿੰਘ ਅਤੇ ਉਸਦੇ ਪਤੀ ਦੇ ਘਰ NCB ਵੱਲੋਂ ਰੇਡ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਦੋਨਾਂ ਉੱਤੇ ਡਰੱਗਸ ਇਸਤੇਮਾਲ ਕਰਨ ਦੇ ਆਰੋਪ ਲੱਗੇ ਨੇ, ਜਿਸ ਦੇ ਚੱਲਦਿਆਂ NCB ਵੱਲੋਂ ਉਹਨਾਂ ਦੇ ਘਰ ਛਾਪੇਮਾਰੀ ਕੀਤੀ ਗਈ ਹੈ। ਇਸ ਵੇਲੇ ਦੀ ਵੱਡੀ ਖਬਰ, ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਤੇ ਉਸਦੇ ਪਤੀ ਦੇ ਘਰ ਤੇ ਨਾਰਕੋਟਿਕਸ ਕੰਟਰੋਲ ਬਿਊਰੋ ਯਾਨੀ NCB ਦੇ ਵੱਲੋਂ ਰੇਡ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਦੋਨਾਂ ਦੇ ਉੱਤੇ ਡਰੱਗਸ ਦਾ ਇਸਤੇਮਾਲ ਕਰਨ ਦੇ ਆਰੋਪ ਲੱਗੇ ਨੇ, ਜਿਸ ਤੋਂ ਬਾਅਦ NCB ਦੀ ਟੀਮ ਦੇ ਵੱਲੋਂ ਉਹਨਾਂ ਦੇ ਘਰ ਤੇ ਛਾਪੇਮਾਰੀ ਕੀਤੀ ਗਈ ਹੈ। ਇੱਥੇ ਵੀ ਦੱਸਣਯੋਗ ਹੈ ਕਿ NCB ਦੀ ਟੀਮ ਨੂੰ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਮਿਲੀ ਸੀ, ਜਿਸ ਦੇ ਆਧਾਰ ਤੇ ਹੀ ਭਾਰਤੀ ਸਿੰਘ ਤੇ ਉਸਦੇ ਪਤੀ ਹਰਸ਼ ਦੇ ਘਰ ਦੇ ਉੱਤੇ ਰੇਡ ਕੀਤੀ ਗਈ ਹੈ। ਫਿਲਹਾਲ NCB ਦੇ ਵੱਲੋਂ ਭਾਰਤੀ ਸਿੰਘ ਤੇ ਉਸਦੇ ਪਤੀ ਦੇ ਘਰ ਦੇ ਉੱਤੇ ਛਾਪੇਮਾਰੀ ਜਾਰੀ ਹੈ। ਬਿਊਰੋ ਰਿਪੋਰਟ, ਦੈਨਿਕ ਸਵੇਰਾ TV। ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਗੁਰਪੁਰਬ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ਤੇ ਮਨਾਇਆ ਜਾ ਰਿਹਾ ਹੈ, ਜਿਸ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ MP ਜਸਵੀਰ ਡਿੰਪਾ, MLA ਨਵਤੇਜ ਚੀਮਾ ਤੇ DC ਦੀਪਤੀ ਉੱਪਲ ਪਹੁੰਚੇ। ਇਸ ਮੌਕੇ DC ਦੀਪਤੀ ਉੱਪਲ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਨੂੰ ਵੇਖਦੇ ਹੋਏ ਸਾਰੇ ਪ੍ਰਬੰਧ ਸਹੀ ਤਰੀਕੇ ਨਾਲ ਕੀਤੇ ਜਾ ਰਹੇ ਨੇ। ਬਾਬੇ ਨਾਨਕ ਦਾ 551ਵਾਂ ਪ੍ਰਕਾਸ਼ ਪੁਰਬ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ਤੇ ਮਨਾਇਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਸਰਕਾਰ ਵੱਲੋਂ ਵੱਡੇ ਪੱਧਰ ਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ। ਇਸ ਮੌਕੇ ਸੁਲਤਾਨਪੁਰ ਲੋਧੀ ਵਿਖੇ ਤਿਆਰੀਆਂ ਦਾ ਜਾਇਜ਼ਾ ਲੈਣ ਲਈ MP ਜਸਵੀਰ ਡਿੰਪਾ, MLA ਨਵਤੇਜ ਚੀਮਾ ਤੇ DC ਦੀਪਤੀ ਉੱਪਲ ਪਹੁੰਚੇ। ਉਹਨਾਂ ਦੇ ਨਾਲ ਨਾਲ ਐਡਵੋਕੇਟ ਹਰਪ੍ਰੀਤ ਸੰਧੂ ਵੀ ਸ਼ਾਮਲ ਹੋਏ। ਗੱਲਬਾਤ ਕਰਦਿਆਂ MLA ਨਵਤੇਜ ਚੀਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 551ਵੇਂ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਜ਼ੋਰੋਂ ਨਾਲ ਚੱਲ ਰਹੀਆਂ ਨੇ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 3 ਨਵੰਬਰ ਨੂੰ ਗੁਰਪੁਰਬ ਸਮਾਗਮਾਂ ਵਿੱਚ ਸ਼ਿਰਕਤ ਕਰਨ ਪਹੁੰਚਣਗੇ ਅਤੇ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਨਤਮਸਤਕ ਹੋਣਗੇ। ਇਸ ਦੌਰਾਨ ਉਹਨਾਂ ਵੱਲੋਂ 6 ਵੱਖ ਵੱਖ ਪ੍ਰੋਜੈਕਟਾਂ ਦੀ ਨੀਂਹ ਪੱਥਰ ਵੀ ਰੱਖਿਆ ਜਾਵੇਗਾ। ਇਹ ਅੱਜ ਜਿਹੜਾ ਆ 551ਵਾਂ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਜਿਹੜਾ ਉਹ ਮਨਾਉਣ ਦੀ ਤਿਆਰੀ ਕਰ ਰਹੇ ਆ। ਅੱਜ ਸਾਰਾ ਪ੍ਰਸ਼ਾਸਨ, DC ਸਾਹਿਬ ਅਤੇ ਸਾਰੇ ਹੀ ਮਹਿਕਮੇ ਜਿੰਨੇ ਵੀ ਇੱਥੇ ਆਏ ਆ, ਔਰ CM ਸਾਹਿਬ ਦਾ ਪ੍ਰੋਗਰਾਮ ਜਿਹੜਾ ਜੋ ਪ੍ਰੋਗਰਾਮ ਆ ਉੱਥੇ ਰੂਟ ਪਲੈਨ ਤਿਆਰ ਕਰਕੇ ਵੀ ਜਿਹਦੇ ਨਾਲ ਲੋਕਾਂ ਨੂੰ ਕੋਈ ਤਕਲੀਫ ਨਾ ਆਵੇ ਔਰ ਜਿਹੜਾ ਵਧੀਆ ਤਰੀਕੇ ਨਾਲ ਸਾਡਾ ਇਸ 551ਵਾਂ ਜਿਹੜਾ ਆ ਉਹ ਮਨਾਇਆ ਜਾਵੇ ਔਰ ਸੰਗਤ ਜਿਹੜੀ ਆ ਉਹ ਖੁਸ਼ ਜਾਵੇ ਔਰ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਨਾ ਆਵੇ, ਉਹਦੇ ਲਈ ਸਾਰੀ ਤਿਆਰੀ ਕੀਤੀ ਜਾ ਰਹੀ ਹੈ। 50 ਸਾਲ ਦੇ ਸਮਾਪਤੀ ਦਿਵਸ ਵੀ ਰੱਖਿਆ? ਬਿਲਕੁਲ, ਇਹ ਹਾਂਜੀ 550 ਸਾਲ ਤੋਂ ਜਿਹੜੇ 549 ਜਿਹੜੇ ਪ੍ਰੋਗਰਾਮ ਸ਼ੁਰੂ ਕੀਤੇ ਸੀ ਉਹਦੀ ਸਮਾਪਤੀ ਜਿਹੜੀ ਆ 551ਵਾਂ ਦੇ ਵਿੱਚ ਕਰਨੀ। ਕਿੱਥੇ ਕਿੱਥੇ ਦਾ ਦੌਰਾ ਕੀਤਾ ਗਿਆ? ਇਹ ਬਸ ਆ ਹੈਲੀਪੈਡ ਤੋਂ ਲੈ ਕੇ ਜਿੱਥੇ ਪ੍ਰੈਸ ਕਾਨਫਰੰਸ ਹੋਣੀ ਆ, ਬਾਕੀ ਹੁਣ ਸਾਰਾ ਕਰ ਰਹੇ ਹਾਂ, ਜਿਹੜਾ ਗੁਰਦੁਆਰਾ ਸਾਹਿਬ ਜਾਣਾ ਪੰਡਾਲ 'ਚ ਜਾਂ ਜਿੱਥੇ ਨਹੀਂ ਪੱਥਰ ਰੱਖਣੇ ਉੱਥੇ। ਕੌਣ ਕੌਣ ਆ ਰਹੀਆਂ ਜੀ ਵੱਡੀਆਂ ਹਸਤੀਆਂ? ਸਾਡੇ CM ਸਾਹਿਬ ਆ ਰਹੇ, ਮਾਨਯੋਗ ਮੁੱਖ ਮੰਤਰੀ ਸਾਹਿਬ, ਬਾਕੀ ਜਿਹੜੇ ਹੋਰ ਵੀ ਕੋਈ ਜਿਹੜੇ ਸਾਡੇ ਸਤਿਕਾਰਯੋਗ ਹਸਤੀਆਂ ਆਉਣਗੀਆਂ ਉਹਨਾਂ ਸਾਰਿਆਂ ਨੂੰ ਵੀ ਵੈਲਕਮ ਆ, ਆਮ ਬੰਦੇ ਲਈ ਵੀ ਸਾਰਿਆਂ ਲਈ ਇੱਕੋ ਜਿਹੇ ਵੈਲਕਮ। ਇਸ ਦੇ ਨਾਲ ਹੀ DC ਦੀਪਤੀ ਉੱਪਲ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਤਿਆਰ ਹੈ ਅਤੇ ਹਰ ਤਰ੍ਹਾਂ ਦੀ ਹਦਾਇਤਾਂ ਦੀ ਪਾਲਣਾ ਕਰਕੇ ਇਸ ਸਮਾਗਮ ਨੂੰ ਕਰਵਾਇਆ ਜਾਵੇਗਾ। ਲੋਕਾਂ ਦੀ ਸਿਹਤ ਸਹੂਲਤਾਂ ਦਾ ਵੀ ਪੂਰੇ ਤਰੀਕੇ ਨਾਲ ਧਿਆਨ ਰੱਖਿਆ ਜਾਵੇਗਾ। ਆਪਣਾ ਇੱਥੇ 3 ਦਿਨ ਦਾ ਪ੍ਰੋਗਰਾਮ ਹੈ, 28, 29, 30 ਦਾ। 28 ਨੂੰ ਸਾਡਾ ਪਾਠ ਸ਼ੁਰੂ ਹੋਏਗਾ, 30 ਨੂੰ ਕਲਮੀਨੇਟ ਹੋਏਗਾ, 30 ਨੂੰ CM ਸਾਹਿਬ ਨੇ ਵੀ ਆਉਣਾ ਹੈ। ਉਹਦੇ ਲਈ ਆਪਾਂ ਸਾਰੀ ਪ੍ਰਿਪਰੇਸ਼ਨਸ ਦੇਖ ਰਹੇ ਹਾਂ।
ਉਹਦੇ ਨਾਲ ਨਾਲ ਕਿਉਂਕਿ ਅਸੀਂ ਸੋਚ ਰਹੇ ਕਿ ਕਾਫੀ ਜ਼ਿਆਦਾ ਸੰਗਤ ਆਏਗੀ ਅਤੇ ਉਹ ਸਾਰੇ ਅਰੇਂਜਮੈਂਟਸ ਕੋਵਿਡ ਦੇ ਪ੍ਰੀਕੋਸ਼ਨਸ ਨੂੰ ਵੇਖਦੇ ਹੋਏ ਵੀ ਸਾਰੇ ਅਰੇਂਜਮੈਂਟਸ ਕਰਨੇ ਨਾਲੇ ਕਿੱਥੇ ਕਿੱਥੇ ਕਿਉਂਕਿ ਸਮਾਰਟ ਸਿਟੀ ਸੁਲਤਾਨਪੁਰ ਵੀ ਪਿਛਲੇ ਸਾਲ ਡਿਕਲੇਅਰ ਕੀਤਾ ਗਿਆ ਸੀਗਾ ਉਹਦੇ ਪ੍ਰੋਜੈਕਟਸ ਦੀ ਫਾਊਂਡੇਸ਼ਨ ਸਟੋਨ ਵੀ ਅਸੀਂ ਨਾਲ ਰੱਖਵਾਉਣੀ ਹੈ ਸੀ ਐੱਮ ਸਾਹਿਬ ਤੋਂ ਉਹ ਸਾਰਾ ਕੰਮ ਵੀ ਸਾਡਾ ਹੁਣ ਪ੍ਰਗਤੀ ਅਧੀਨ ਚੱਲ ਰਿਹਾ ਹੈ ਉਸ ਲਈ ਅਸੀਂ ਸਾਰੇ ਸਪੋਟਸ ਦੇਖ ਰਹੇ ਹਾਂ ਸਾਰੀ ਰੈਕੀ ਕਰ ਰਹੇ ਹਾਂ ਹੈਲੀਪੈਡ ਦਾ ਦੌਰਾ ਕੀਤਾ ਗਿਆ ਸੁੰਦਰ ਕਿੱਦਾਂ ਬਣਾਇਆ ਜਾਏਗਾ ਹੈਲੀਪੈਡ ਤੇ ਸੁੰਦਰ ਤਾਂ ਫਿਰ ਇੱਕ ਸੀਕਰੇਟ ਹੈ ਜਿਹੜਾ ਉਸੇ ਦਿਨ ਹੀ ਅਨਫੋਲਡ ਹੋਏਗਾ ਲੇਕਿਨ ਇੱਥੇ ਅਸੀਂ ਪਲਾਨ ਕਰ ਰਹੇ ਹਾਂ ਕਿ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਏਗੀ ਉਹਦਾ ਸਾਰਾ ਅਸੀਂ ਮੁਆਇਨਾ ਕੀਤਾ ਹੈਲੀਪੈਡ 'ਚ ਕੀ ਕੰਮ ਰਿਕੁਆਇਰਡ ਹੈ ਕਿਸ ਤਰ੍ਹਾਂ ਇਹਨੂੰ ਸੁੰਦਰ ਬਣਾਉਣਾ ਉਹਦੇ ਬਾਰੇ ਹਜੇ ਸਟ੍ਰੈਟੇਜੀ ਬਣਾਈ ਹੈ ਸਰਕਾਰ ਵੱਲੋਂ ਕਿੰਨਾ ਐਸਟੀਮੇਟ ਲਾਇਆ ਜਾ ਰਿਹਾ ਕਿ 551 ਸਾਲ ਤੋਂ ਸੰਗਤ ਆਏਗੀ ਸੰਗਤ ਤਾਂ ਦੇਖੋ ਜੀ ਇਸ ਟਾਈਮ ਅੱਛੀ ਖਾਸੀ ਹੀ ਆਏਗੀ ਅਸੀਂ ਜੇ 30 ਤਰੀਕ ਦੀ ਗੱਲ ਕਰੀਏ ਅਸੀਂ ਲਗਾ ਰਹੇ ਹਾਂ ਕਿ 3-3.5 ਲੱਖ ਤਾਂ ਬੰਦਾ ਇੱਥੇ ਆਏਗਾ ਹੀ ਆਏਗਾ ਮੱਥਾ ਟੇਕਣ ਲਈ ਜੀ ਠੀਕ ਹੈ ਜੀ ਕਰੋਨਾ ਨੂੰ ਲੈ ਕੇ ਉਹਨਾਂ ਲਈ ਸੇਫਟੀ ਲਈ ਕੀ ਮਾਸਕ ਵਗੈਰਾ ਅਸੀਂ ਨਾਲ ਪ੍ਰੋਵਾਈਡ ਕਰਾਵਾਂਗੇ ਸੈਨੇਟਾਈਜ਼ਰਸ ਹੋਣਗੇ ਹੈਂਡ ਵਾਸ਼ਿੰਗ ਸਟੇਸ਼ਨਸ ਹੋਣਗੇ ਜਿੱਥੇ ਅਖੰਡ ਪਾਠ ਚੱਲਦਾ ਹੋਏਗਾ ਉੱਥੇ ਵੀ ਨਾਲ ਵਲੰਟੀਅਰਸ ਲਗਾ ਕੇ ਕਿ ਥੋੜ੍ਹਾ ਡਿਸਟੈਂਸ ਮੇਨਟੇਨ ਹੋ ਸਕੇ ਮਾਸਕ ਵਗੈਰਾ ਪਾਏ ਰੱਖਣ ਉਹ ਸਾਰਾ ਅਸੀਂ ਇਨਸ਼ੋਰ ਕਰਾਵਾਂਗੇ ਮੈਡਮ ਸਾਡੇ ਕੋਲ ਇਸ ਈਵੈਂਟ ਦੇ ਸੁਲਤਾਨਪੁਰ ਵੀ ਕੀ ਖਾਸ ਆ ਰਹੇ ਸੁਲਤਾਨਪੁਰ 'ਚ ਕਾਫੀ ਚੀਜ਼ਾਂ ਸ਼ੁਰੂ ਹੋਈਆਂ ਸੀਗੀਆਂ ਆਪਾਂ ਉਹ ਤਾਂ ਇੱਕ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਉਹ ਸਾਰੇ ਕੰਮ ਸਾਡੇ ਬੜੀ ਹੀ ਸਪੀਡ ਨਾਲ ਅਸੀਂ ਸਾਲ ਦੇ ਅੰਦਰ ਅੰਦਰ ਸਾਰੇ ਕੰਮ ਕਰਾਤੇ ਹੈ ਉਸ ਤੋਂ ਇਲਾਵਾ ਸਮਾਰਟ ਸਿਟੀ ਸੁਲਤਾਨਪੁਰ ਜਿਹੜਾ ਪਿਛਲੇ ਸਾਲ ਡਿਕਲੇਅਰ ਹੋਇਆ ਸੀਗਾ ਉਹ ਪ੍ਰੋਜੈਕਟਸ ਦੀ ਹੁਣ ਫਾਊਂਡੇਸ਼ਨ ਸਟੋਨ ਅਸੀਂ ਨਾਲ ਰਖਾਵਾਂਗੇ ਕਾਫੀ ਪ੍ਰੋਜੈਕਟ ਸਾਡੇ ਬਣ ਗਏ ਹੈ 4-5 ਪ੍ਰੋਜੈਕਟਸ ਦੀ ਇਨੋਗਰੇਸ਼ਨ ਹੋਏਗੀ ਮਿੰਨੀ DAC ਵੀ ਅਸੀਂ ਦੇਖ ਰਹੇ ਹਾਂ ਕਿ ਉਹਦੀ ਵੀ ਇਨੋਗਰੇਸ਼ਨ ਹੋ ਜਾਵੇ ਬਾਬੇ ਨਾਨਕ ਦੇ ਪਿੰਡ ਜਿਹੜਾ ਉਹ ਸ਼ੁਰੂ ਕਰਨਾ ਸੀਗਾ ਜੀ ਉਹ ਪ੍ਰੋਜੈਕਟ ਵੀ ਹੁਣ ਪ੍ਰਗਤੀ ਅਧੀਨ ਹੀ ਹੈ ਉਹਦਾ ਸਾਰਾ ਪ੍ਰਪੋਜ਼ਲ ਬਣਾ ਕੇ ਸੈਂਟਰਲ ਗਵਰਨਮੈਂਟ ਕੋਲ ਦੁਬਾਰਾ ਗਿਆ ਹੈ ਕਿਉਂਕਿ ਉੱਥੋਂ ਹੀ ਇੱਕ ਵਾਰੀ ਕਲੀਅਰੈਂਸ ਹੋ ਕੇ ਫਿਰ ਸ਼ੁਰੂ ਹੋਏਗਾ ਬਟ ਉਹਦੀ ਸਾਰੀ ਰੂਪਰੇਖਾ ਬਣ ਚੁੱਕੀ ਹੈ ਦੈਨਿਕ ਸਵੇਰਾ ਦੀ ਵਿਨੇਸ਼ ਸ਼ਰਮਾ ਦੀ ਰਿਪੋਰਟ ਚੰਡੀਗੜ੍ਹ 'ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਨੇ ਜਿਸ ਨੂੰ ਵੇਖਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਮੁੜ ਤੋਂ ਸਖਤੀ ਵਧਾ ਦਿੱਤੀ ਗਈ ਹੈ ਉੱਥੇ ਹੀ ਵੱਧ ਰਹੇ ਮਾਮਲਿਆਂ ਨੂੰ ਰੋਕਣ ਲਈ ਚੰਡੀਗੜ੍ਹ 'ਚ ਮਾਸਕ ਤੇ ਜੁਰਮਾਨਾ ਵੀ ਵਧਾਇਆ ਜਾ ਸਕਦਾ ਹੈ ਚੰਡੀਗੜ੍ਹ ਦੇ ਵਿੱਚ ਵੀ ਕੋਰੋਨਾ ਲਗਾਤਾਰ ਆਪਣੇ ਹੁਣ ਪੈਰ ਪਸਾਰਦਾ ਨਜ਼ਰ ਆ ਰਿਹਾ ਹੈ ਜਿੱਥੇ ਪਿਛਲੇ ਦਿਨਾਂ ਦੇ ਵਿੱਚ ਰੋਜ਼ਾਨਾ 40-50 ਕੇਸ ਸਾਹਮਣੇ ਆ ਰਹੇ ਸੀ ਤਾਂ ਹੁਣ ਇੱਕਦਮ ਉਹਦੇ 'ਚ ਵਾਧਾ ਹੋ ਗਿਆ ਅਤੇ ਹੁਣ ਉਹ ਕੇਸ ਵੱਧ ਕੇ 150 ਤੋਂ ਉੱਪਰ ਰੋਜ਼ਾਨਾ ਪਹੁੰਚਣੇ ਸ਼ੁਰੂ ਹੋ ਗਏ ਜਿਸ ਨੂੰ ਦੇਖਦੇ ਹੋਏ ਦਿੱਲੀ ਤੋਂ ਬਾਅਦ ਚੰਡੀਗੜ੍ਹ ਦੇ ਵਿੱਚ ਵੀ ਜਿਹੜਾ ਮਾਸਕ ਨਾ ਪਾਉਣ ਅਤੇ 2 ਗਜ਼ ਦੀ ਦੂਰੀ ਦਾ ਪਾਲਣ ਨਾ ਕਰਨ ਵਾਲਿਆਂ ਦੇ ਖਿਲਾਫ਼ ਚੰਡੀਗੜ੍ਹ ਪ੍ਰਸ਼ਾਸਨ ਵੱਡਾ ਫੈਸਲਾ ਲੈ ਸਕਦਾ ਹੈ ਦਿੱਲੀ ਦੀ ਤਰਜ਼ 'ਤੇ ਹੀ 2,000 ਰੁਪਏ ਦਾ ਜਿਹੜਾ ਚਲਾਨ ਹੈ ਉਹ ਚੰਡੀਗੜ੍ਹ ਦੇ ਵਿੱਚ ਵੀ ਕੀਤਾ ਜਾ ਸਕਦਾ ਫਿਲਹਾਲ ਇਸ ਦੇ ਉੱਤੇ ਹਲੇ ਕੋਈ ਅੰਤਮ ਫੈਸਲਾ ਨਹੀਂ ਲਿੱਤਾ ਗਿਆ ਇਹ ਫੈਸਲਾ ਸੋਮਵਾਰ ਨੂੰ ਹੋਣ ਵਾਲੀ ਵਾਰ ਰੂਮ ਦੀ ਬੈਠਕ ਦੇ ਵਿੱਚ ਲਿੱਤਾ ਜਾ ਸਕਦਾ ਹੈ ਲੇਕਿਨ ਫਿਲਹਾਲ ਦੀ ਗੱਲ ਕਰੀਏ ਫਿਲਹਾਲ ਚੰਡੀਗੜ੍ਹ ਦੇ ਵਿੱਚ ਜਿਹੜਾ ਮਾਸਕ ਨਾ ਪਾਉਣ 'ਤੇ ਅਤੇ ਸੋਸ਼ਲ ਨਿਯਮਾਂ ਦਾ ਪਾਲਣ ਨਾ ਕਰਨ ਵਾਲਿਆਂ ਦੇ ਖਿਲਾਫ਼ 500 ਰੁਪਏ ਦਾ ਹੀ ਚਲਾਨ ਕੀਤਾ ਜਾ ਰਿਹਾ ਇਸ ਨੂੰ ਲੈ ਕੇ ਜਿਹੜਾ ਅੰਤਿਮ ਫੈਸਲਾ ਉਹ ਸੋਮਵਾਰ ਨੂੰ ਜਿਹੜੀ ਕਿ ਵਾਰ ਰੂਮ ਦੀ ਬੈਠਕ ਜਿਸ ਦੀ ਪ੍ਰਧਾਨਗੀ ਇਹ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ VP ਸਿੰਘ ਬਦਨੌਰ ਕਰਦੇ ਨੇ ਉਹਨਾਂ ਦੀ ਪ੍ਰਧਾਨਗੀ 'ਚ ਹੋਣ ਵਾਲੀ ਸੋਮਵਾਰ ਨੂੰ ਜਿਹੜੀ ਵਾਰ ਰੂਮ ਦੀ ਬੈਠਕ ਹੈ ਉਸ ਦੇ ਵਿੱਚ ਲਿੱਤਾ ਜਾਏਗਾ ਇਸ ਤੋਂ ਇਲਾਵਾ ਚੰਡੀਗੜ੍ਹ ਦੇ ਵਿੱਚ ਜਿਸ ਤਰੀਕੇ ਨਾਲ ਲਗਾਤਾਰ ਕੇਸ ਵੱਧ ਰਹੇ ਹੈ ਅਤੇ ਉਸ ਨੂੰ ਦੇਖਦੇ ਹੋਏ ਜਿਹੜੀ ਸੋਸ਼ਲ ਗੈਦਰਿੰਗ ਦੀ ਸੀਮਾ ਹੈਗੀ ਹੈ ਉਸ ਦੇ ਉੱਤੇ ਵੀ ਵਿਚਾਰ ਕੀਤਾ ਜਾ ਰਿਹਾ ਕਿ ਉਹ ਸੀਮਾ ਵੀ ਜਿਹੜੀ ਪਿਛਲੇ ਦਿਨੀ ਵਧਾ ਦਿੱਤੀ ਗਈ ਸੀਗੀ ਉਸ ਨੂੰ ਫਿਰ ਘਟਾਉਣ ਦੀ ਜਿਹੜੇ ਚਰਚਾ ਕੀਤੀ ਜਾ ਰਹੀ ਹੈ ਲੇਕਿਨ ਫਿਲਹਾਲ ਦੀ ਗੱਲ ਕਰੀਏ ਤਾਂ ਇਹ ਦੋਨਾਂ ਮਾਮਲਿਆਂ ਦੇ ਉੱਤੇ ਜਿਹੜਾ ਅੰਤਿਮ ਫੈਸਲਾ ਉਹ ਵਾਰ ਰੂਮ ਦੀ ਬੈਠਕ ਜਿਹੜੀ ਕਿ ਹੁਣ ਸੋਮਵਾਰ ਨੂੰ ਹੋਏਗੀ ਉਸ ਦੇ ਵਿੱਚ ਹੀ ਲਿੱਤਾ ਜਾਵੇਗਾ ਚੰਡੀਗੜ੍ਹ ਤੋਂ ਕੈਮਰਾਮੈਨ ਉਮਾ ਯਾਦਵ ਦੇ ਨਾਲ ਅੰਕੁਸ਼ ਮਹਾਜਨ ਦੈਨਿਕ ਸਵੇਰਾ TV ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਅੰਕੜਾ 90 ਲੱਖ ਤੋਂ ਪਾਰ ਹੋ ਚੁੱਕਾ ਹੈ ਲਗਾਤਾਰ ਕੋਰੋਨਾ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਕਾਰਨ ਪ੍ਰਸ਼ਾਸਨ ਅਤੇ ਲੋਕਾਂ ਦੀ ਚਿੰਤਾ ਵੀ ਵੱਧਦੀ ਜਾ ਰਹੀ ਹੈ ਜੇਕਰ ਪਿਛਲੇ 24 ਘੰਟਿਆਂ ਦੀ ਗੱਲ ਕਰੀਏ ਤਾਂ 46,000 ਤੋਂ ਵਧੇਰੇ ਨਵੇਂ ਮਾਮਲੇ ਸਾਹਮਣੇ ਆਏ ਨੇ ਜਿਸ ਦੇ ਨਾਲ ਕੋਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 90 ਲੱਖ ਤੋਂ ਪਾਰ ਪਹੁੰਚ ਚੁੱਕੀ ਹੈ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਅੰਕੜਾ 90 ਲੱਖ ਤੋਂ ਪਾਰ ਪਹੁੰਚ ਚੁੱਕਿਆ ਹੈ ਦੇਸ਼ ਭਰ ਦੇ ਵਿੱਚ ਪਿਛਲੇ 24 ਘੰਟਿਆਂ ਦੇ ਦੌਰਾਨ ਕੋਵਿਡ-19 ਦੇ 46,232 ਨਵੇਂ ਮਾਮਲੇ ਸਾਹਮਣੇ ਆਏ ਨੇ ਜਿਸ ਦੇ ਨਾਲ ਹੁਣ ਦੇਸ਼ ਦੇ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਕੁੱਲ ਗਿਣਤੀ 90,50,597 ਹੋ ਗਈ ਹੈ ਦੱਸ ਦੇ ਕਿ ਪਿਛਲੇ ਇੱਕ ਦਿਨ ਦੇ ਦੌਰਾਨ ਹੀ 564 ਲੋਕਾਂ ਦੀ ਇਸ ਵਾਇਰਸ ਦੇ ਕਾਰਨ ਮੌਤ ਹੋਈ ਹੈ ਜਿਸ ਦੇ ਨਾਲ ਦੇਸ਼ ਦੇ ਵਿੱਚ ਹੁਣ ਕੁੱਲ ਮਰੀਜ਼ਾਂ ਦੀ ਗਿਣਤੀ 132,726 ਹੋ ਗਈ ਹੈ ਤਾਜ਼ਾ ਅੰਕੜਿਆਂ ਦੇ ਮੁਤਾਬਕ ਦੇਸ਼ ਦੇ ਵਿੱਚ ਵਾਇਰਸ ਨੂੰ ਮਾਤ ਦੇਣ ਵਾਲਿਆਂ ਦੀ ਕੁੱਲ ਗਿਣਤੀ 84,78,124 ਹੈ ਤੇ ਪਿਛਲੇ 24 ਘੰਟਿਆਂ ਦੇ ਵਿੱਚ ਹੀ 49,775 ਮਰੀਜ਼ ਕੋਰੋਨਾ ਵਾਇਰਸ ਨੂੰ ਮਾਤ ਦੇ ਕੇ ਹਸਪਤਾਲਾਂ ਤੋਂ ਘਰ ਪਹੁੰਚੇ ਨੇ
उत्थे जेकर देश दे विच एक्टिव मरीजों की गल की जाए तो इसकी गिणती 439,747 है। पर भारत के लिए राहत की खबर यह है कि पिछले 24 घंटे दौरान ही नवे मरीजों की गिणती तो ज़्यादा ठीक होने वाले मरीजों की गिणती है, यानी कि भारत के विच तेजी के नाल मरीजों की रिकवरी हो रही है। ब्यूरो रिपोर्ट, दैनिक सवेरा टीवी। ते सन हुण तक दीआं खबरां, मैनूं रचना नूं दिओ इजाजत, होर वधेरे जानकारी लई वेखदे रहो दैनिक सवेरा टीवी। देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स।